ਬਰਫ ਹੋ ਗਈ। ਮੈਂ ਦੇਖੋ ਕੋਈ ਮੋਟੇ ਖਿੜਕੀ ਛੱਡ ਦੇ, ਮੋਟੇ ਇੱਧਰ ਆਏ, ਤੂੰ ਮੇਰੇ ਨਾਲ ਆ ਪਲੀਜ਼। ਨਹੀਂ ਨਹੀਂ ਤੁਸੀਂ ਰਹਿਣ, ਨਹੀਂ 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 ਚੱਲਾ ਦੋ, ਨਹੀਂ ਖੂਬਸੂਰਤ ਮੌਸਮ ਤੁਹਾਨੂੰ ਦੱਸ ਨੀ ਸਕਦੇ। ਅੱਲਾ ਪਾਕ ਭਈਆ ਰਹਿਮ ਕਰੇ, ਲੱਤਾਂ ਲਾ ਬਾਰਿਸ਼ ਉਤਾ ਦੇਵੇ, ਲੇਕਿਨ ਇੰਨਾ ਪਿਆਰਾ, ਇੰਨਾ ਪਿਆਰਾ ਤੁਹਾਨੂੰ ਦੱਸ ਨੀ ਸਕਦੀ। ਅੰਦਰ ਨਾ ਕਲੀਨ ਗਿੱਲਾ ਹੋ ਗਿਆ ਹਲਕਾ ਹਲਕਾ, ਮੈਂ ਮੋਟਰ ਕੋਲ ਜਲਦੀ ਜਲਦੀ ਨਾ ਗੱਦਾ ਖੜਾ ਕਰਵਾ ਦਿੱਤਾ, ਮੈਨੂੰ ਸਾਹ ਚੜੇ। ਕੀ ਆ ਮੋਟੇ, ਮੇਰੇ ਨਕਲ ਲੈ ਕਰੋ। ਬਰਫ ਹੋ ਗਈ, ਦੇਖੋ ਕੋਈ ਬਰਫ ਹੋ ਗਈ, ਮੋਟੇ ਜਲਦੀ ਕਰ ਲੈ ਮੋਟੇ, ਚੱਕਣਾ ਕੀ ਚੱਕਾ ਸਮਾਨ ਚੱਕ ਯਾਰ, ਫ੍ਰਿਜ ਬੰਦ ਕਰ ਦਿੰਦੇ, ਲੋਡ ਹੀ ਨਾ ਘੱਟ ਗਈ, ਪਹਿਲੇ ਹੀ ਨਹੀਂ ਚੱਲਦੀ ਮੋਟੇ। ਇੰਨੇ ਸਲੋਵਾਂ ਬੰਦ ਹੋ ਗਈ, ਬੰਦ ਹੋ ਗਈ ਬਾਰਿਸ਼, ਬਾਰਿਸ਼ ਫੇਰ ਹੋਣ ਲੱਗ ਪੈਣੀ ਹੈ ਨਾ। ਬਾਰਿਸ਼ ਅੰਦਰ ਆ ਰਹੀ ਹੈ, ਨਾਲੇ ਮੋਟੇ ਦੇ ਮੋਬਾਈਲ ਦਾ ਵੀ ਸਾਰਾ ਆਂਦਰਾ ਪੇਟਾ ਕੱਢ ਕੇ ਰੱਖਿਆ ਹੈ, ਕਿਉਂਕਿ ਮੋਟੇ ਦਾ ਮੋਬਾਈਲ ਜਿਹੜਾ ਵਾ ਨਾ ਉਹ ਖਰਾਬ ਹੋ ਗਿਆ। ਹੁਣ ਤੁਸੀਂ ਕੀ ਨਹਾਉਂਦੀ ਤੀ, ਇਹਦੇ ਕਰਦੇ ਪਹੁੰਚੇ ਚੱਕ ਲਏ ਆ, ਮੋਟੇ ਨੇ ਹੁਣ ਜਾਣਾ ਨੀ, ਮੋਟੇ ਮੈਨੂੰ ਛੱਡ ਕੇ ਨਾ ਜਾਈ। ਅੱਛਾ ਓਏ, ਮੇਰੇ ਕੋ ਹੂਰੇ ਨਾ ਖਾਣੀ, ਛੱਡ ਕੇ ਨਾ ਜਾਈ, ਮੈਨੂੰ ਡਰ ਲੱਗਦਾ ਵਾ ਪਲੀਜ਼। ਓਏ ਹੋਏ, ਵਾਹ ਵਾਹ, ਅੱਲਾ ਤਾਲਾ ਰਹਿਮ ਕਰੋ ਉਹਨਾਂ ਦੀ ਜਿਨ੍ਹਾਂ ਦੀ ਫਸਲਾਂ ਵਾ, ਤੇ ਉਹਨਾਂ ਨਾਲ ਬਾਰਿਸ਼ ਪਾਉਣ ਨਾ ਪਾਈਆਂ, ਸਾਡੇ ਨਾਲ ਪਾ ਦੀਆਂ। ਸੋਹਣੀ ਕੁੜੀ ਜਾ ਰਹੀ ਥੱਲੇ, ਸੋਹਣੀ ਕੁੜੀ ਜਾ ਰਹੀ, ਹਾਂ ਕਿੰਨੀ ਸੋਹਣੀ। ਮਰਨਾ ਤੇਰੇ ਕੋ ਡਰ ਨਹੀਂ ਲੱਗਤਾ, ਤੁਸੀਂ ਨਾ ਦੇਖੋ ਕਿੱਡੇ ਤੁਸੀਂ, ਹਾਏ ਅੱਲਾ ਕਿੱਡਾ ਬੰਦਾ, ਮੋਟੇ ਖਿੜਕੀ ਛੱਡ ਦੇ, ਮੋਟੇ ਇੱਧਰ ਆਏ, ਤੂੰ ਮੇਰੇ ਨਾਲ ਆ ਪਲੀਜ਼। ਗਾਇਜ਼ ਇੱਥੇ ਸੁਣਦਾ ਵਾ ਪਾਣੀ, ਇੱਥੇ ਚੋ ਚੋ ਕੇ ਅੰਦਰ ਆਉਂਦਾ, ਫਿਰ ਸਾਨੂੰ ਪਤਾ ਚੱਲਦਾ ਅੱਛਾ ਕਮਰੇ 'ਚ ਪਾਣੀ ਆ ਰਿਹਾ। 1 hour later ਅੱਛਾ ਹੁਣ ਦੱਸੋ ਕੀ ਕਹਿੰਦੇ ਸੀ, ਮੈਂ ਗਾਇਜ਼ ਨੂੰ ਵੀ ਦੱਸਾਂ। ਮੈਂ ਕਿਹਾ ਮੋਟਾ ਚਣੇ ਦਾਲ ਬਣਾਏਗਾ, ਅੱਲਾ ਖੈਰ ਦਾਲ ਲੱਗਣ ਦਿਆ ਸੋਚ ਕੇ। ਅੱਛਾ ਗਾਇਜ਼, ਦਰਅਸਲ ਪਤਾ ਗੱਲ ਕੀ ਹੈ, ਪਹਿਲੇ ਜਿੰਨੀ ਵੀ ਦਫਾ ਅਸੀਂ ਚਨੇ ਦੀ ਦਾਲ ਬਣਾਈ ਨਾ, ਉਦੋਂ ਸਾਡੇ ਕੋਲ ਕੁੱਕਰ ਨਹੀਂ ਸੀਗਾ। ਕੁੱਕਰ ਨਹੀਂ ਇਲਾ, ਲੋਕੀ ਕੁੱਕਰ ਤੋਂ ਬਗੈਰ ਨਹੀਂ ਨਹੀਂ ਭਾਈਆ, ਕੁੱਕਰ ਨਹੀਂ ਸੀਗਾ ਤੇ ਭਈਆ ਜਿੰਨੀ ਦਫਾ ਵੀ ਬਣਾਈ ਇੰਨੇ ਰੰਗ ਲੱਗੇ ਨਾ ਕਦੀ ਮਸਾਲਾ, ਹਾਲਾਂਕਿ ਮੈਂ ਮਸਾਲਾ ਇੰਨੀ ਚੰਗੀ ਤਰ੍ਹਾਂ ਪਾਉਂਦੀ ਹਾਂ ਨਾ। ਨਾ 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 ਮਸਾਲਾ ਨਾ, ਕਿ ਦਾਲ ਹਰ ਵਾਰੀ ਕੱਚੀ ਤੇ ਕੱਚੀ ਵੀ ਥੋੜੀ ਕੱਚੀ ਖਾਂਦੇ ਢਿੱਡ 'ਚ ਮਰੋੜ, ਗਜਬ ਬੇਇੱਜ਼ਤੀ ਹੈ। ਮੋਟੀ ਨਜ਼ਰ ਲੱਗੀ ਸੀ ਭਈਆ, ਹੈ ਤੜੀ ਨਜ਼ਰ ਲੱਗੀ ਸੀ। ਚਲੋ ਇਸ ਵਾਰ ਤਾਂ ਮੈਂ ਨਜ਼ਰ ਨਹੀਂ ਨਾ, ਮੈਂ ਤਾਂ ਡਰ ਐਸਾ ਬਣਾਣੀ ਤੁਸੀਂ ਆ ਇੱਥੇ ਬੇਗੈਰਤ ਹੋ, ਦਾਲ ਦੇਖ ਕੇ ਡਰ ਲੱਗ ਰਹੀ। ਮੈਂ ਕਿ ਮੋਟੇ ਯਾਰ ਕਿੰਨੇ ਦਿਨਾਂ ਦੀ ਸਬਜ਼ੀਆਂ ਖਾਂਦੇ ਤੁਸੀਂ ਨਾ, ਦਾਲ ਲੈ ਕੇ ਆ। ਫਿਰ ਮੋਟਾ ਨਾ ਕੱਲ ਆਟੇ ਦੇ ਨਾਲ ਦਾਲ ਲੈ ਕੇ ਆਏ ਸੀਗੇ, ਕਹਿੰਦੇ ਚਲੋ ਦਾਲ ਬਣਾ ਲੈਂਦੇ ਆ। ਮੈਂ ਕਿਹਾ ਦੇਖੋ ਬਸ ਹੁਣ ਬਸ ਉਹੀ ਗੱਲ ਹੈ ਨਾ, ਪੱਕ ਜਾਵੇ, ਸੋਚ ਕੇ ਡਰ ਰਹਿੰਦੇ ਆ ਕਿ ਯਾ ਅੱਲਾ ਕੀ ਹੋਏਗਾ ਇਸ ਸਾਲ। ਤੇ ਤੁਸੀਂ ਬਣਾ ਲਓ ਯਾਰ, ਮੋਟੇ ਤੜ ਦੇ ਛੱਡ ਦਿੰਦੀ ਆ। ਮੈਂ ਤੁਹਾਨੂੰ ਦੱਸਦਾ ਤੁਸੀਂ ਕੀ ਕਰਨਾ, ਤੁਸੀਂ ਇਹਨੂੰ ਹਾਂ ਬਾਇਲ ਕਰ ਲੈਣਾ ਦਾਲ। ਅੱਛਾ, ਉਬਾਲ ਕਰਨ ਤੋਂ ਬਾਅਦ ਮੈਨੂੰ ਯਾਨੀ ਕਿ ਨਾ ਹਲਕੀ ਜਿਹੀ ਕੱਚੀ ਰਵੇ, ਹਲਕੀ ਜਿਹੀ, ਠੀਕ ਹੈ, ਹੱਥ ਨਾ ਫੇਜੇ, ਮਸਾਲਾ ਮਸੂਲਾ ਭੁੰਨ ਕੇ ਵਿੱਚ ਪਾ ਕੇ 2 ਮਿੰਟ ਦੀ ਦਮ ਲਾ ਦੇਣਾ, ਬਸ ਠੀਕ ਹੈ, ਸਮਝ ਗਿਆ। ਇਹਨੂੰ ਯਾਨੀ ਕਿ ਸਾਰੀ ਇਕੱਠੀ ਨਹੀਂ ਪਾਉਣਾ, ਸਹੀ ਹੈ ਨਾ, ਇਹਨੂੰ ਉਬਾਲ ਕੇ ਕੱਢ ਲੈਣਾ। ਆਹ ਦੇ ਤੈਨੂੰ ਸਿੰਪਲ ਜਿਹਾ ਤਰੀਕਾ ਦੱਸਦਾ ਆ, ਲੇਕਿਨ ਤੇਰੀ ਮਿਹਰਬਾਨੀ, ਹੱਥ ਜੋੜ ਕੇ ਤੇਰੇ ਕੇ ਰੰਗ ਨਾ ਲਾ ਦਈਏ ਇਸ ਵਾਰ ਕੋਈ। ਦੇਖੋ ਯਾਰ ਜਦੋਂ ਕੰਮ ਕਰਨ ਤੋਂ ਪਹਿਲੇ ਉਹ ਜੀ ਸੋਚ ਲੈਣੀ, ਫਿਰ ਤੇ ਉਹ ਹੋਣੀ ਹੈ। ਅੱਛਾ ਗੁਮਾਨ ਰੱਖੋ, ਕੰਮ ਕਰਨ ਤੋਂ ਪਹਿਲੋ ਕੀ ਸੋਚ ਲੈਣੀ, 30 ਵਾਰੀ ਤੂੰ ਦਾਲ ਬਣਾ ਚੁੱਕੀ, 30 ਵਾਰੀ ਰੰਗ ਲਾ ਚੁੱਕੀ ਦਾਲ, ਕੁਛ ਨਹੀਂ ਹੁੰਦਾ ਯਾਰ। ਦੇਖੋ ਠੁੱਡੇ ਖਾ ਖਾ ਕੇ ਬੱਚਾ ਚੱਲਣਾ ਸਿੱਖਦਾ। ਅੱਛਾ ਫਿਰ ਤੁਸੀਂ ਇਹ ਦਾਲ ਬਣਾਉਣ ਤੋਂ ਬਾਅਦ ਮੇਰੇ ਕੋਲ ਠੁੱਡੇ ਖਾਈ ਅਗਲੀ ਵਾਰੀ ਸਹੀ ਬਣ ਜਾਈਏ।
ਓਏ ਲਾ ਦੇਖ ਲੋ ਹੁਣ ਤੁਸੀਂ ਮੈਨੂੰ ਠੁੱਡੇ ਮਾਰੋਗੇ ਆਪੀ ਕਿਹਾ ਠੁੱਡੇ ਖਾ ਮੈਂ ਠੁੱਡੇ ਠੁੱਡੇ ਮਤਲਬ ਕਿ ਜ਼ਿੰਦਗੀ ਦੇ ਧੱਕੇ ਖਾ ਗਏ ਅੱਛਾ ਧੱਕੇ ਖਾਣੇ ਕਿ ਠੁੱਡੇ ਖਾਣੇ ਹੁਣ ਧੱਕੇ ਹੀ ਮਾਰੋਗੇ ਹੁਣ ਆਸਾ ਸਾ ਕਹਿਆ ਤੈਨੂੰ ਟਰੱਕ ਥਲੇ ਦੇ ਦੂੰਗਾ ਮੈਂ ਉਹ ਤਾਂ ਫੇਰ ਤੇਰੀ ਆਪਣੀ ਖੁਸ਼ੀ ਹੈ ਮੈਨੂੰ ਮਾਫ ਕਰ ਦਿਓ ਆਪ ਲੋਕ ਸਾਰੇ ਮੈਨੂੰ ਛੁੱਟੀ ਦੇ ਦੇ ਚਲੋ ਜਾ ਯਾਰ ਮੋਟੇ ਦੀ ਭਾਈਏ ਮੋਟੇ ਦੀ ਤੇ ਕੀ ਆਈ ਬਾਤਾਂ ਮੋਟਾ ਹੀ ਭਾਈਏ ਮਰਦ ਯਾਰ ਨਹੀਂ ਸਹੀ ਗੱਲ ਤਾਂ ਮੈਂ ਕਦੀ ਕਿਤੇ ਸਾਲਨ ਐਡਾ ਕੀ ਸੋਨਾ ਬਣਾਉਂਦੀ ਹੈ ਐਡਾ ਕੀ ਸੋਨਾ ਬਣਾਉਂਦੀ ਹੈ ਹੁਣ ਗਾਇਸ ਨੇ ਪਤਾ ਕਿ ਸਮਾਂ ਨਾ ਪਤਾ ਨਹੀਂ ਝੂਠ ਬੋਲਣ ਦੇ ਸਹੀ ਤਰ੍ਹਾਂ ਦੱਸੋ ਉਹਨਾਂ ਨੂੰ ਹਾਂ ਕਦੀ ਕਿਤੇ ਸਾਲਨ ਐਡਾ ਸੋਨਾ ਬਣਾਉਂਦੀ ਹੈ ਸਿਰਫ ਸਾਲਨ ਉਦੋਂ ਸੋਨਾ ਬਣਦਾ ਜਦੋਂ ਗੁੱਸੇ 'ਚ ਹੋਵੇ ਜਾਂ ਮਗਰੋਂ ਲਾਣਾ ਹੋਵੇ ਹਾਂ ਜਦੋਂ ਮੈਂ ਗੁੱਸੇ 'ਚ ਹੋਵਾਂ ਜਦੋਂ ਦਿਲ ਨਾਲ ਸਾਲਨ ਬਣਾਉਂਦੀ ਸਾਲਨ ਦਾ ਬੇੜਾ ਕਰੇ ਕੋਈ ਇਹ ਤਾਂ ਲੇਟੈਸਟ ਨਿਊਜ਼ ਹੈ ਮਿਹਰਬਾਨੀ ਆ ਬਹੁਤ ਹੈ ਹਾਂ ਬਹੁਤ ਚੁੱਕ ਦਿੰਦਾ ਮੈਂ ਹਾਂ ਚੁੱਕ ਦੇ ਚੁੱਕ ਕੇ ਜਾ ਕੇ ਭੇਜ ਦੋ ਅ ਫਿਊ ਮੋਮੈਂਟਸ ਲੇਟਰ ਗਾਇਜ਼ ਅੱਜ ਮੋਟੇ ਹੁਣੀ ਦਾਲ ਤਿਆਰ ਕਰ ਰਹੇ ਆ ਤੇ ਦੇਖਦੇ ਆ ਕੀ ਰੰਗ ਲੱਗਦੇ ਵੈਸੇ ਖੁਸ਼ਬੂ ਤੇ ਕਮਾਲ ਦੀ ਆ ਰਹੀ ਹੈ ਬਹੁਤ ਹੀ ਟੇਸਟੀ ਖੁਸ਼ਬੂ ਆ ਰਹੀ ਹੈ ਮੈਂ ਤੈਨੂੰ ਕਿੰਨੀ ਵਾਰੀ ਇਹ ਲਫ਼ਜ਼ ਕਿਹਾ ਵਾ ਕਿ ਕੈਮਰਾ ਲੈ ਕੇ ਮੇਰੇ ਸਿਰ ਤੇ ਨਾ ਖਲੋਇਆ ਕਰ ਚੈਨਲ ਤੇਰਾ ਵਾ ਸਹੀ ਆ ਨਾ ਤੇ ਮੇਰੇ ਨਾਮ ਤੇ ਲੂ ਖਾਈ ਜਾਂਦੀ ਹੈ ਅਬ ਬਹੁਤ ਤੁਸੀਂ ਰਹਿੰਦੇ ਨਹੀਂ ਏਡੇ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਤੇਰਾ ਕੰਟੈਂਟ ਆ ਮੈਂ ਟੰਗ ਪਗ ਦਾਲ ਕਿੱਦਾਂ ਦੀ ਬਣੀ ਹੋਏਗੀ ਬਾਕੀ ਹੁਣ ਮੈਂ ਤੁਹਾਨੂੰ ਆਪਣੇ ਮੂੰਹ ਕੁਛ ਨੀ ਦੱਸਣਾ ਦੇਖੋ ਨਾ ਫਿਰ ਮੀਆਂ ਮਿੱਠੂ ਮੀਆਂ ਮੂੰਹ ਮੀਨੂ ਹੋ ਜਾਂਦਾ ਵਾ ਗਾਇਸ ਮੋਟੇ ਦੀ ਦਾਲ ਨਾ ਨਾਤੀ ਧੋਤੀ ਰਹਿ ਗਈ ਤੇ ਮੋਟੇ ਦੇ ਨੱਕ ਤੇ ਮੱਖੀ ਬਹਿ ਗਈ ਆ ਮੋਟੇ ਦੇ ਨੱਕ ਤੇ ਨਹੀਂ ਬਹਿ ਗਈ ਗੈਸ ਚੱਲ ਗਈ ਭਾਈ ਹਲੇ ਨਾ ਮਤਲਬ ਕਿ ਦਾਲ ਮੋਟੇ ਨੂੰ ਸ਼ੁਕਰ ਆ ਤੇਜ਼ ਅੱਗ ਤੇ ਪਕਾਉਂਦੇ ਸੀ ਮੈਂ ਕਿਹਾ ਸੀ ਮੋਟੇ ਹਲਕੀ ਅੱਗ ਤੇ ਪਕਾਓ ਸ਼ੁਕਰ ਆ ਮੋਟੇ ਯਾਰ ਤੂੰ ਤੇ ਨਾ ਇੰਟੈਲੀਜੈਂਸ ਆ ਤੇ ਇਹਨੂੰ ਨੇ ਅਵਾਰਡ ਮਿਲਣਾ ਚਾਹੀਦਾ ਇੰਟੈਲੀਜੈਂਟ ਹੁਣ ਮੋਟੇ ਕਹਿੰਦੇ ਮੈਂ ਨਾ 2 ਕਿ ਰੋਟੀਆਂ ਲੈ ਆਂਦਾ ਵਾਂ ਆਪਾਂ ਰੋਟੀ ਖਾ ਲੈਂਦੇ ਹਾਂ ਸਹੀ ਹੋ ਗਿਆ ਦਰਅਸਲ ਮੈਂ ਤੁਹਾਨੂੰ ਦੱਸਦੀ ਕੀ ਹੋ ਰਿਹਾ ਮੋਟਾ ਦਾਲ ਬਣਾ ਰਿਹਾ ਤੇ ਮੈਂ ਇੱਧਰ ਵਲੌਗ ਐਡਿਟ ਕਰ ਰਹੀ ਹਾਂ ਤੇ ਪਾ ਰਹੀ ਹਾਂ 8 ਵਜ ਗਏ 8:30 ਹੋਣ ਵਾਲੇ ਆ ਤੁਹਾਡੀ ਭੈਣ ਇੰਨੀ ਮਿਹਨਤੀ ਆ ਤੁਹਾਡਾ ਭਰਾ ਵੀ ਬਹੁਤ ਮਿਹਨਤੀ ਹੈ ਚਲੋ ਤੁਸੀਂ ਸਾਰਿਆਂ ਨੂੰ ਦੁਆ ਕਰਨੀ ਕਿ ਅੱਲਾ ਪਾਕ ਸਾਨੂੰ ਕਾਮਯਾਬ ਕਰ ਦੇਵੇ ਸਹੀ ਹੈ ਗਾਇਜ਼ ਹਲੇ ਮੈਂ ਕਹਿ ਲੱਗੀ ਤੁਸੀਂ ਆਵੇਗੇ ਗਾਇਜ਼ ਮੋਟੇ ਹੁਣੀ ਹੁਣ ਲਿਆਏ ਆ 2 ਰੋਟੀਆਂ ਠੀਕ ਆ ਵੈਸੇ ਤੇ ਮੋਟੇ ਹੁਣੇ ਬਾਅਦ ਦੀ ਚੀਜ਼ ਖਾਂਦੇ ਨਹੀਂ ਹੈ ਲੇਕਿਨ ਜਦੋਂ ਲੱਭੇ ਨਾ ਤੂੰ ਸਮਝਾ ਵੱਡੀ ਮੇਰੀ ਛੋਟੀ ਤੁਹਾਡੀ ਰੋਟੀ ਲਿਆਓ ਇੱਥੇ ਇੰਚੀ ਸਟੇਪ ਲੈ ਕੇ ਆਓ ਨਾਪ ਕਰੀਏ ਪਹਿਲੇ ਤੇ ਫਿਰ ਖਾਂਦੇ ਆ 1.5 ਮੈਂ ਖਾ ਲਾਂ ਨਹੀਂ ਚਲਾਓ ਖਾਈਏ ਕੋਲੀ ਲੈ ਆਓ ਅੱਧੀ ਖਾ ਲਓ ਨਹੀਂ ਨਹੀਂ ਮੈਂ ਅੱਧੀ ਨਹੀਂ ਇਹਨਾਂ ਕੇ ਡੇਰ ਹੈ ਨਹੀਂ ਮੈਂ ਇੱਕ ਹੀ ਨਹੀਂ ਨਹੀਂ ਤੁਸੀਂ ਰਹਿਣ ਨਹੀਂ 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 ਚਲਾ ਦੋ ਨਹੀਂ ਮਜ਼ਾਕ ਕਰਨ ਦੀ ਮੋਟੇ ਨੈਣ ਦੋ ਜ਼ਾਲਮ ਬੁੱਢੀ ਮੈਂ ਮੋਟੇ ਨੂੰ ਆਪਣੇ ਹੱਥਾਂ ਨਾਲ ਮੁਰਗੀ ਖਵਾਉਂਦੀ ਖਾ ਖਾ ਢਿੱਡ ਭਰ ਲੈ ਫਿਰ ਸੁਬਹ ਪਤਾ ਨੀ ਗੈਸ ਆਣੀ ਕਿ ਨਹੀਂ ਖਾ ਲਾ ਇੱਕ ਖਾ ਲੋ ਨਾ ਇੱਕ ਖਾ ਲੋ ਗਾਇਜ਼ ਦੇ ਸਾਹਮਣੇ ਖਾ ਲੋ ਇੱਕ ਚਲੋ 20 minutes later guys bota oh khada video upload kar riya va te main itthe roti khandi ha hun dekhdi ha ki meri roti pehle muk di ha ya mota video upload karke la kehnde main bhul gayi si ki chutni vi hai gi ha guys hale huni huni assi roti kha ke hatya te light chal gayi oh mobile di light chalan di hai theek ha tusi vi puchdi ha na ki daily video koi nahi pande te har din koi na koi masla ya matlab ke na koi cheez ho jandi hai assi ki daily video pendi nahi hai oh hun video upload te lagayi si te light chal gayi ha te kam az kam 1 ghanta nahi aayi ਜਦੋਂ 1 ਘੰਟੇ ਬਾਅਦ ਲਾਈਟ ਆਣੀ ਹੈ ਤੇ ਟਾਈਮ ਨਿਕਲ ਜਾਣਾ ਵਾ ਤੇ ਫਿਰ 1 ਘੰਟਾ ਵੀਡੀਓ ਹੋਰ ਲੇਟ ਹੋਈ ਨਹੀਂ ਕਿਉਂਕਿ 1 ਘੰਟਾ ਅਪਲੋਡ ਕਰਨ ਵਾਸਤੇ ਵੀ ਚਾਹੀਦਾ ਵਾ ਤੇ ਫਿਰ ਉਹੀ 10-11 ਵਾਲਾ ਟਾਈਮ ਹੋ ਜਾਂਦਾ ਵਾ ਸੁਬਹ ਟਾਈਮ ਅਪਲੋਡ ਤੇ ਲਗਾ ਨਹੀਂ ਸਕਦੀ ਕਿਉਂਕਿ ਸੁਬਹ ਟਾਈਮ ਆਪਣੇ ਬੰਦੇ ਦੇ ਕੰਮ ਨਹੀਂ ਖਤਮ ਹੁੰਦੇ ਹੁਣ ਵੀ ਮੋਟੇ ਨੇ ਹਾਂਡੀ ਬਣਾਈ ਸੀ ਤੇ ਮੈਂ ਵੀਡੀਓ ਐਡਿਟ ਕਰ ਰਹੀ ਸੀ ਫਿਰ ਉਹਨੂੰ ਅਪਲੋਡ ਤੇ ਲਗਾ ਰਹੀ ਸੀ ਐਕਸਪੋਰਟ ਕੀਤੀ ਅਪਲੋਡ ਤੇ ਲਗਾ ਲੱਗੇ ਤੇ ਚਲੋ ਕਹਿੰਦੇ ਛੱਡ ਦੇ ਯਾਰ ਛੱਡ ਦੇ ਨਾ
ਕੀ ਕਹਿ ਰਹੇ ਹੈ? ਮੈਂ ਕਿਹਾ ਮੈਂ ਤੈਨੂੰ ਕਦੋਂ ਤਾਂ ਕਹਿੰਦਾ ਛੱਡ ਦੇ ਛੱਡ ਦੇ। ਅੱਛਾ ਮੋਟਾ ਮੈਨੂੰ ਕਹਿੰਦਾ ਕਿ ਤੂੰ ਨਾ ਹਜੇ ਛੱਡ ਦੇ ਹਲੇ, ਮਤਲਬ ਕਿ ਨਾ ਆਪਣੇ ਹਾਲਾਤ ਨਹੀਂ ਇੱਦਾਂ ਦੇ ਕਿ ਤੂੰ ਨਾ ਮਤਲਬ ਕਿ ਵੀਡੀਓ ਵਗੈਰਾ ਪਾਇਆ ਕਰ, ਮਤਲਬ ਕਿ ਨਾ ਰੈਗੂਲਰ ਨਹੀਂ ਪਾ ਹੁੰਦੀ ਇਹ, ਮਤਲਬ ਕਿ ਬਹੁਤ ਵੱਡੀ ਨਾ ਮਤਲਬ ਕਿ ਟੈਨਸ਼ਨ ਹੈ ਕਿ ਰੈਗੂਲਰ ਵੀਡੀਓ ਨਹੀਂ ਪਾ ਹੁੰਦੀ। ਮੋਟਾ ਕਹਿੰਦਾ ਤੈਨੂੰ ਫਾਇਦਾ ਕੋਈ ਨਹੀਂ ਹੋਣਾ ਹੈਗਾ, ਤਿੰਨ ਅਕਾਊਂਟ ਪਹਿਲੇ ਤੂੰ ਬੈਨ ਕਰਵਾ ਲਈ, ਚਾਰ ਪੰਜਵਾਂ ਤੂੰ ਸ਼ੁਰੂ ਕੀਤਾ ਹੋਇਆ, ਅਗਰ ਇਹ ਬੈਨ ਹੋ ਗਿਆ ਨਾ ਫਿਰ ਤੂੰ ਨਾ ਅਕਾਊਂਟ ਨਾ ਬਣਾਈ। ਕੁਛ ਅੱਲਾ ਪਾ ਦੇ ਜ਼ਿਆਦਾ ਅਜ਼ਮਾਇਸ਼ ਚ ਪਾਉਂਦੀ ਹੈ ਤੇ ਕੁਛ ਲੋਕ ਜਿਹੜੇ ਹੈਗੇ ਨਾ ਉਹ ਅਜ਼ਮਾਉਣਾ ਸ਼ੁਰੂ ਕਰ ਦਿੰਦੇ ਆ, ਫਿਰ ਜਦੋਂ ਇਨਸਾਨ ਤੇ ਦੁਗਣੀ ਅਜ਼ਮਾਇਸ਼ ਆਉਂਦੀ ਹੈ ਨਾ ਫਿਰ ਬਰਦਾਸ਼ਤ ਨਹੀਂ, ਇਨਸਾਨ ਥੋੜ੍ਹਾ ਜਿਹਾ ਡਿਸਟਰਬ ਹੋ ਜਾਂਦਾ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕੀ ਨਿਜ਼ਾਮ ਕੀ ਚੱਲਣ ਦਿਆ ਆ, ਹੁਣ ਮੈਂ ਮੂੰਹੋਂ ਕਹੂੰਗਾ ਤੇ ਫਿਰ ਤੁਸੀਂ ਕਹਿੰਦੇ ਯਾਰ ਮੋਟੇ ਕੀ ਗੱਲ ਕਰਦੇ ਹੋ, ਇਸ ਲਈ ਮੈਂ ਤੁਹਾਨੂੰ ਕਹਿੰਦੇ ਹੋਰ ਕੋਈ ਗੱਲ ਨਹੀਂ। ਤੋ ਅੱਜ ਕੇ ਵਲੌਗ ਖਤਮ ਕਰਤੇ ਹੈ ਇਸ ਅੱਛੀ ਬਾਤ ਕੇ ਸਾਥ ਕਿ ਬੇਸ਼ੱਕ ਅੱਛਾ ਵਕਤ ਵੀ ਸਬਰ ਮੰਗਤਾ ਹੈ।